ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁਏ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ میوزਿਕ ਇੰਡਸਟਰੀ ਤੋਂ ਹੀ ਸਿੱਧੂ ਮੂਸੇਵਾਲਾ ਕਰਨ ਔਜਲਾ ਦਿਲਜੀਤ ਦੋਸਾਂਝ ਹਿਮਾਂਸ਼ੀ ਖੁਰਾਨਾ ਸਨੂੰਦਾ ਸ਼ਰਮਾ ਤੇ ਦੋਸਤੋ ਇੱਕ ਦੋ ਹੋਰ ਨਾਲ ਸਟਾਰਾਂ ਦਾ ਆਪਾਂ ਬਾਅਦੋ-ਬਾਰੀ ਜ਼ਿਕਰ ਕਰਾਂਗੇ ਤੇ ਦੋਸਤੋ ਸੋਸ਼ਲ ਮੀਡੀਆ ਤੇ ਤਾਂ ਇੱਕੋ ਹੀ ਗੱਲ ਨੇ ਪੂਰਾ ਤਹਿਲਕਾ ਮਚਾਇਆ ਹੋਇਆ ਹੈ ਜੋ ਕੱਲ ਸਿੱਧੂ ਤੇ ਕਰਨ ਔਜਲੇ ਦਾ ਗਾਣਾ ਕਲੈਸ਼ ਹੋਇਆ ਹੈ ਹਾਲਾਂਕਿ ਦੋਸਤੋ ਆਪਾਂ ਪਹਿਲੇ ਇੱਕ ਦੋ ਕਾਂਡਿਆਂ ਵਿੱਚ ਨਹੀਂ ਦੱਸ ਸਕਦੇ ਕਿ ਕਿਸ ਦਾ ਗ ਯਾਦਾ ਵਧੀਆ ਹੈ ਕਿਹੜਾ ਗਾਣਾ ਹਿੱਟ ਰਿਹਾ ਤੇ ਦੋਸਤੋ ਦੋਨਾਂ ਦੇ ਗਾਣਿਆਂ ਵਿੱਚ ਇਹ ਵੀ ਥੋੜਾ ਜਿਹਾ ਫਰਕ ਸੀ ਕਿ ਸਿੱਧੂ ਦੇ ਗਾਣੇ ਦੀ ਸਿਰਫ ਆਡੀਓ ਆਈ ਸੀ ਜਦਕਿ ਕਰਨ ਔਜਲਾ ਦੀ ਐਲਬਮ ਦਾ ਪਹਿਲਾ ਗਾਣਾ ਸੀ ਉਸ ਕਰਕੇ ਉਸ ਦੀ ਹਾਈਪ ਵੀ ਜ਼ਿਆਦਾ ਸੀ ਤੇ ਦੂਸਰੀ ਉਸ ਬਾਰੇ ਗੱਲ ਕਿ ਉਸ ਗਾਣੇ ਦੀ ਵੀਡੀਓ ਵੀ ਆਈ ਸੀ ਇਸ ਕਰਕੇ ਦੋਸਤੋ ਥੋੜੇ ਜਿਹੇ ਵਿਊਜ਼ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਡਿਫਰੈਂਸ ਤਾਂ ਹੋਣਾ ਹੀ ਸੀ ਪਰ ਦੋਸਤੋ ਅਸੀਂ ਗੱਲ ਕਰਾਂਗੇ ਪਹਿਲਾਂ ਕਮੈਂਟਾਂ ਨੂੰ ਲੈ ਕੇ ਜੋ ਕਿ ਸਿੱਧੂ ਮੂਸੇਵਾਲੇ ਦੇ ਫੈਨਾਂ ਨੇ ਬਲਟ ਡਿਫਰੈਂਟ ਗਾਣੇ ਤੇ ਜ਼ਿਆਦਾ ਕੀਤੇ ਹਨ ਜੇਕਰ ਦੋਸਤੋ ਆ ਜੋ ਕਰਨ ਔਜਲੇ ਦਾ ਗਾਣਾ ਆਇਆ ਹੈ ਉਸ ਤੇ ਜ਼ਿਆਦਾ ਲਾਈਕਸ ਆਨ ਪਰ ਇਹਨਾਂ ਦੋਨਾਂ ਗੱਲਾਂ ਦੀ ਵਾਅਵੂਦ ਦੋ ਦੋਸਤੋ ਬੜੀਆਂ ਹੀ ਅਹਿਮ ਗੱਲਾਂ ਨੇ ਜੋ ਕਰਨ ਔਜਲੇ ਦੇ ਗਾਣੇ ਬਾਰੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਨੇ ਹਾਲਾਂਕਿ ਦੋਸਤੋ ਸਾਡੀ ਕਿਸੇ ਪ੍ਰਤੀ ਕੋਈ ਵੀ ਨਫ਼ਰਤ ਨਹੀਂ ਹੈ ਪਰ ਜੋ ਕਰਨ ਔਜਲੇ ਦਾ ਦੋਸਤੋ ਇਸ ਸਪੀਡ ਰੈਕਡ ਤੇ ਗਾਣਾ ਆਇਆ ਹੈ ਇਹ ਗਾਣਾ ਜੀਓ ਸਾਬਨ ਤੇ ਵੀ ਅਵੇਲੇਬਲ ਹੈ ਸੋ ਦੋਸਤੋ ਸਪੀਡ ਰੈਕਡ ਕੰਪਨੀ ਲੇਬਲ ਇਹਨਾਂ ਦੀ ਗਲਤੀ ਹੈ ਇਦਾਂ ਹੀ ਸਾਰੇ ਲੋਕ ਜੋ ਕਰਨ ਔਜਲੇ ਦੇ ਫੈਨ ਪੇਜ ਨੇ ਤੇ ਇੱਕ ਦੋ ਹੋਰ ਉਸ ਦੇ ਕਰੀਬੀ ਦੋਸਤ ਮਿੱਤਰ ਨੇ ਉਹਨਾਂ ਨੇ ਤਾਂ ਇਹੀ ਜਵਾਬ ਦਿੱਤਾ ਹੈ ਹਾਲਾਂਕਿ ਦ ਉਸ ਦੇ ਵੀ ਗਾਣੇ ਜੋ ਸਪੀਡ ਰੈਕੋਰਡ ਤੇ ਆਉਂਦੇ ਹਨ ਜਾਂ ਕਿਸੇ ਹੋਰ ਪੰਜਾਬੀ ਆਰਟਿਸਟ ਦੇ ਵੀ ਗਾਣੇ ਇਹਨਾਂ ਵੱਡੇ ਵੱਡੇ ਲੈਵਲਾਂ 'ਤੇ ਹਿੱਟ ਆਉਂਦੇ ਹਨ ਤਾਂ ਉਹਨਾਂ ਦੇ ਗਾਣੇ JioSaavn ਤੇ ਅਵੇਲੇਬਲ ਹੁੰਦੇ ਹਨ। ਇਸ ਗੱਲ 'ਤੇ ਦੋਸਤੋ ਕੋਈ ਸ਼ੱਕ ਨਹੀਂ ਹੈ ਪਰ ਅਮਰਤਮਾਨ ਨੇ ਦੋਸਤੋ ਜਦ ਮੈਂ ਸਪੀਡ ਰੈਕੋਰਡ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਮੇਰੇ ਗਾਣੇ JioSaavn ਤੇ ਨਾ ਹੋਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਇਸ ਪਲੇਟਫਾਰਮ ਤੇ ਗਾਣੇ ਨਹੀਂ ਹੋਣੇ ਚਾਹੀਦੇ। ਸੋ ਦੋਸਤੋ ਉਹਦਾ ਕਾਰਨ ਉਹਦੇ ਲਈ ਕਹਿ ਸਕਦਾ ਸੀ। ਹਲੇ ਹੀ ਦੋਸਤੋ ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਹਾਂ ਹਲੇ ਤੱਕ ਦੋਸਤੋ ਇਹ ਗਾਣਾ JioSa ਕਰਦੇ ਹਾਂ ਕਿ ਕਾਰਨ ਔਜਲਾ ਦੀ ਅਫੀਸ਼ੀਅਲ ਟੀਮ ਐਸ ਨੂੰ ਜਲਦ ਹੀ ਇਸ ਤੋਂ ਹਟਾ ਲਵੇਗੀ ਤੇ ਜੋ ਬਾਕੀ ਵੀ ਐਲਬਮ ਦੇ ਗਾਣੇ ਆਉਣੇ ਹਨ ਜਿੰਨਾ ਬਾਰੇ ਕਾਰਨ ਔਜਲਾ ਵੀ ਬਿਆਨ ਦੇ ਰਿਹਾ ਹੈ ਕਿ ਬਹੁਤ ਜਲਦ ਹੀ ਪੂਰੀ ਦੀ ਪੂਰੀ ਅਸੀਂ ਐਲਬਮ ਰਿਲੀਜ਼ ਕਰਾਂਗੇ ਸਪੀਡ ਰੈਕਡ ਤੇ ਹੀ ਦੋਸਤੋ ਇਹਦਾ ਮਤਲਬ ਆਵੇਗੀ ਸੋ ਉਸ ਵਕਤ ਬਾਕੀ ਗਾਣੇ ਐਸ ਦੇ ਜੀਓ 7 ਤੇ ਅਵੇਲੇਬਲ ਨਹੀਂ ਹੋਣਗੇ ਇਹ ਆਪਾਂ ਉਮੀਦ ਕਰ ਸਕਦੇ ਹਾਂ ਤੇ ਦੋਸਤੋ ਦੂਸਰੀ ਬੜੀ ਹੀ ਅਹਿਮ ਗੱਲ ਜੋ ਵੀ ਦੋਸਤੋ ਗਾਣੇ ਵੱਡੇ ਵੱਡੇ YouTube ਚੈਨਲ ਕਹਿ ਲੋ ਜਾਂ ਵੱਡੀਆਂ ਕੰਪਨੀਆਂ ਕਹਿ ਲੋ ਜਿਵੇਂ ਦੋਸਤੋ ਤੁਸੀਂ ਸਪੀਡ ਰੈਕਡ ਵਾਲੇ ਹੀ ਦੇਖ ਲੋ 36 ਮਿ ਉਹ ਤੁਹਾਡਾ ਜਿਹੜਾ ਇਦਾਂ ਹੁੰਦਾ ਹੈ ਸਟਾਰਟਿੰਗ ਵਿੱਚ ਉਹ ਜੋ ਨਵੇਂ ਪ੍ਰੋਜੈਕਟ ਹੁੰਦੇ ਹਨ ਉਹਨਾਂ ਨੂੰ ਪ੍ਰਮੋਟ ਕਰਨ ਲਈ ਐਡ ਲਗਵਾ ਦਿੰਦੇ ਹਨ ਸੋ ਦੋਸਤੋ ਕਰਨ ਔਜਲਾ ਦੇ ਵੀ ਗਾਣੇ ਨਾਲ ਇਦਾਂ ਕੀਤਾ ਕੁਝ ਕੁ ਲੋਕਾਂ ਨੇ ਦੋਸਤੋ ਪ੍ਰੂਫ ਵੀ ਦਿਖਾਏ ਹਨ ਸੋਸ਼ਲ ਮੀਡੀਆ ਤੇ ਇਹ ਮਤਲਬ ਦੋਸਤੋ ਦਰਸਲ ਆਮ ਹੀ ਗੱਲ ਹੋ ਗਈ ਹੈ ਲਗਭਗ ਹਰੇਕ ਪੰਜਾਬੀ ਸਟਾਰ ਹੁਣ ਅਸੀਂ ਨਾਮ ਤਾਂ ਦੋਸਤੋ ਸਪੈਸ਼ਲ ਕਿਸੇ ਦਾ ਨਹੀਂ ਲਵਾਂਗੇ ਵੱਡੇ ਵੱਡੇ ਸਟਾਰ ਜਿੰਨੇ ਮਰਜ਼ੀ ਦੋਸਤੋ ਉਹ ਦਾਅਵੇ ਕਰੀ ਜਾਣ ਪਰ ਬਹੁਤ ਸਾਰੇ ਅਜਿਹੇ ਕਲਾਕਾਰ ਹਨ ਜੋ ਆਪਣੇ ਗਾਣਿਆਂ ਤੇ ਐਡਸ ਲਵਾਉਂਦੇ ਹੀ ਹਨ ਸਟਾਰਟਿੰਗ ਵਿੱਚ ਚਲੋ ਦੋਸਤੋ ਉਹ ਵੀ ਗੱਲ ਇੰਨੀ ਜ਼ਿਆਦਾ ਨਹੀਂ ਰ ਬਹੁਤ ਸਾਰੇ ਲੋਕ ਕਹਿ ਰਹੇ ਸਨ ਕਿ میوزਿਕ ਵੀ ਥੋੜੀ ਢੀਗੜਵਰ ਸੀ ਤੇ ਦੋਸਤੋ ਇਸ ਵਾਰ ਇਹ ਬੜੀ ਹੀ ਅਹਿਮ ਗੱਲ ਹੈ ਫੈਨ ਪੇਜ ਦੋਸਤੋ ਇੱਕ ਬੜੀ ਹੀ ਅਹਿਮੀਅਤ ਦਿੰਦੇ ਹਨ ਕਿਸੇ ਵੀ ਆਰਟਿਸਟ ਨੂੰ ਉੱਪਰ ਲਿਜਾਣ ਵਿੱਚ ਜੇ ਤੁਹਾਨੂੰ ਨਹੀਂ ਵਧੀਆ ਲੱਗਿਆ ਤਾਂ ਤੁਸੀਂ ਉਸ ਦਾ ਕ੍ਰਿਟੀਸਿਜ਼ਮ ਵੀ ਕਰ ਸਕਦੇ ਹੋ ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨ ਪੇਜ ਅਸੀਂ ਦੇਖਦੇ ਸੀ ਸਾਰੀਆਂ ਦੀਆਂ ਪੋਸਟਾਂ ਕਿ ਜਦੋਂ ਕਿਸੇ ਗਾਣੇ ਦਾ میوزਿਕ ਨਹੀਂ ਸੀ ਵਧੀਆ ਹੁੰਦਾ ਤਾਂ ਉਹ ਸਾਫ਼ ਤੌਰ ਤੇ ਕਹਿ ਦਿੰਦੇ ਸਨ ਕਿ ਹਾਂ ਇਸ ਦਾ میوزਿਕ ਨਹੀਂ ਸੀ ਕਿੱਡ ਨੂੰ ਵੀ ਦੋਸਤੋ ਕਹਿ ਦਿੰਦੇ ਸਨ ਐਡੀ ਕੋਈ ਵੱਡੀ ਗੱਲ ਨਹੀਂ ਅਸੀਂ ਨਾਮ ਵੀ ਲੈ ਦਿੰਨੇ ਹਾਂ ਉਸ ਨੇ ਹੋਰ ਬਿਹਤਰ ਕੀਤਾ ਅਗ ਇੰਨਾ ਵਧੀਆ 뮤ਜ਼ਿਕ ਸੀ ਬਿਲਕੁਲ ਡਿਫਰੈਂਟ ਮਤਲਬ ਇਹਨਾਂ ਨੇ ਪੂਰੀ ਐਂਡ ਗੱਲਬਾਤ ਕਰਵਾ ਦਿੱਤੀ ਸੀ ਅੱਜ ਕੱਲ ਉਸ ਵਿੱਚ ਵੀ ਦੋਸਤੋ ਉਸ ਦਾ ਪੂਰਾ ਵਧੀਆ 뮤ਜ਼ਿਕ ਸੀ ਪਰ ਹੁਣ ਜੇ ਆਪਾਂ ਕਿਸੇ ਦਾ ਕ੍ਰਿਟੀਸਿਜ਼ਮ ਹੀ ਨਾ ਕਰਾਂਗੇ ਤਾਂ ਫਿਰ ਉਹ ਅੱਗੇ ਤੋਂ ਕਿੱਦਾਂ ਵਧੀਆ ਕਰੇਗਾ ਇਦਾਂ ਹੀ ਦੋਸਤੋ ਕਰਨ ਔਜਲਾ ਦੇ ਫੈਨ ਪੇਜਾਂ ਨੇ ਵੀ ਕਿਹਾ ਹੈ ਕਿ ਥੋੜੇ ਜਿਹੇ 뮤ਜ਼ਿਕ ਵਿੱਚ ਗੜਬੜੀ ਹੈ ਉਮੀਦ ਕਰਦੇ ਹਾਂ ਕਿ ਜੋ ਬਾਕੀ ਐਲਬਮ ਦੇ ਗਾਣੇ ਹਨ ਉਦਾਂ ਇਹਨਾਂ ਵਿੱਚ ਇਹ ਸਭ ਕੁਝ ਨਹੀਂ ਹੋਵੇਗਾ ਤੇ ਦੋਸਤੋ ਸ਼ਾਇਦ ਸਿੱਧੂ ਨੇ ਵੀ ਇਸੇ ਹੀ ਗੱਲ ਦਾ ਥੋੜਾ ਜਿਹਾ ਮਜ਼ਾਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜੋ ਹਾਸੇ ਵਾਲੇ ਇਨਾ ਈਮੋਜੀ ਬਾਰੇ ਬੜੀ ਹੀ ਇੱਕ ਅਹਿਮ ਗੱਲ ਸੀ ਸਿਰਫ ਇੱਕ ਹੀ ਈਮੋਜੀ ਅਲੱਗ ਦਾ ਸੀ ਸ਼ਾਇਦ ਸਿੱਧੂ ਉਸੇ ਵੇਲੇ ਡੇਅਰ ਵੀ ਕਹਿ ਸਕਦਾ ਸੀ ਕਿ ਪਛਾਣੋ ਇਨ੍ਹਾਂ ਸਾਰੇ ਈਮੋਜੀ ਵਿੱਚੋਂ ਇੱਕ ਕਿਹੜਾ ਈਮੋਜੀ ਲੱਗ ਹੈ ਪਰ ਦੋਸਤ ਆਪਾਂ ਨੂੰ ਗੱਲ ਪਤਾ ਹੀ ਹੈ ਸਿੱਧੂ ਤੇ ਕਰਨ ਔਜਲਾ ਦੀ ਆਪਸੀ ਲਾਕ ਡਾਟ ਦਾ ਕਾਫੀ ਚਰ ਤੋਂ ਚੱਲੀ ਆ ਰਹੀ ਹੈ ਤੇ ਇੱਕ ਦੋਸਤੋ ਹੋਰ ਬੜੀ ਹੀ ਅਹਿਮ ਗੱਲ ਕਰਨ ਔਜਲਾ ਨੇ ਆਪਣੇ ਮਤਲਬ ਜੋ ਟਰੈਕ ਲਿਸਟ ਪਾਈ ਸੀ ਉਸ ਦੌਰਾਨ ਇਹ ਕਿਹਾ ਸੀ ਕਿ ਮੈਂ ਇਨ੍ਹਾਂ ਗਾਣਿਆਂ ਵਿੱਚ ਕਿਸੇ ਨਾਲ ਵੀ ਕੰਪੈਰੀਜ਼ਨ ਨਹੀਂ ਕੀਤਾ ਤੇ ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ ਸੋ ਦੋਸਤੋ ਅਟੈਂਸ਼ਨ ਤਾਂ ਆਪਾਂ ਕਿਸੇ ਦੀ ਵੀ ਨਹੀਂ ਜਾਣ ਸਕਦੇ ਕਿ ਵਾਕ ਹੀ ਜਿਹੜਾ ਹੁੰਦਾ ਹੈ ਜਾਂ ਕੁਝ ਕੁ ਸ਼ਬਦ ਹੀ ਇੱਕ ਦੂਜੇ ਨਾਲ ਜੋੜ ਕੇ ਦਿਖਾ ਦਿੱਤੇ ਜਾਂਦੇ ਹਨ ਕਾਰਨ ਅੋਜਲਾ ਦੇ ਗਾਣੇ ਵਿੱਚ ਵੀ ਦੋਸਤੋ ਕੁਝ ਕੁ ਵਿਰੋਧੀਆਂ ਨੂੰ ਟਾਰਗੇਟ ਕੀਤਾ ਸੀ ਜਿਵੇਂ ਕਿ ਗੁੱਟ ਵਾਲੀ ਗੱਲ ਕਹੀ ਸੀ ਉਹ ਪ੍ਰੇਮ ਢੱਲੂ ਨਾਲ ਜੋੜ ਕੇ ਦਿਖਾ ਦਿੱਤੀ ਬਦਮਾਸ਼ੀ ਗਾਣਾ ਸੀ ਦੋਸਤੋ ਜੋ ਪ੍ਰੇਮ ਢੱਲੂ ਦਾ ਅਸੀਂ ਫੜ ਗੁੱਟੋ ਵੈਰੀ ਨੂੰ ਮਨਾਲੀਏ ਤੇ ਕਾਰਨ ਅੋਜਲਾ ਕਹਿ ਰਿਹਾ ਸੀ ਕਈ ਕਹਿੰਦੇ ਗੁੱਟ ਮੇਰਾ ਫੜਨਾ ਸੋ ਦੋਸਤੋ ਉਹ ਗੱਲਾਂ ਜੋੜ ਕੇ ਦਿਖਾ ਦਿੱਤੀਆਂ ਗਈਆਂ ਤੇ ਇੱਕ ਦੋ ਹੋਰ ਲਾਈਨਾਂ ਵੀ ਹੁਣ ਦੋਸਤੋ ਇਹ ਗੱਲ ਹੈ ਜਾਂ ਨਹੀਂ ਇਹ ਗੱਲ ਤਾਂ ਕਾਰਨ ਅੋਜਲਾ ਜਾਂ ਉਸ ਦੇ ਕਰੀਬੀ ਦੋਸਤ ਮਿੱਤਰ ਹੀ ਜਾਣਦੇ ਹੋਣਗੇ ਸੋ ਦੋ ਯੂਜ਼ ਟ੍ਰੈਂਡਿੰਗ ਲਿਸਟ ਸਿੱਧੂ ਮੂਸੇਵਾਲੇ ਦੀ ਐਲਬਮ ਦੋਸਤੋ ਕੈਨੇਡਾ ਵਿੱਚ ਵੀ ਟ੍ਰੈਂਡਿੰਗ ਨੰਬਰ 6 ਤੇ ਚੱਲ ਰਹੀ ਹੈ ਅਕੋਰਡਿੰਗ ਟੂ ਐਪਲ 뮤직 ਤੇ ਦੋਸਤੋ ਸਿੱਧੂ ਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ ਕਿ ਪਿਛਲੇ 1 ਸਾਲ ਵਿੱਚ ਇੰਸਟਾਗ੍ਰam ਤੇ ਸਭ ਤੋਂ ਜ਼ਿਆਦਾ ਹੈਸ਼ਟੈਗ ਕਿਹੜੇ ਸ਼ਬਦ ਨੂੰ ਹੋਏ ਹਨ ਤਾਂ ਦੋਸਤੋ ਪਹਿਲੇ ਤੇ ਰੀਲਸ ਬਣਾਓ ਇਦਾਂ ਦਾ ਕੁਝ ਇਹ ਹੈਸ਼ਟੈਗ ਟ੍ਰੈਂਡ ਕੀਤਾ ਤੇ ਦੂਸਰੇ ਨੰਬਰ ਤੇ ਸੀ ਸਿੱਧੂ ਮੂਸੇ ਵਾਲਾ ਸੋ ਦੋਸਤੋ ਇਹ ਨਹੀਂ ਕਿ ਕੱਲੇ ਪੰਜਾਬੀ ਆਰਟਿਸਟ ਬਾਲੀਵੁੱਡ ਆਰਟਿਸਟਾਂ ਨੂੰ ਵੀ ਮਿਲਾ ਕੇ ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਐਜ਼ ਕੰਪੇਅਰ ਟੂ ਸਿੱਧੂ ਮੂਸੇਵਾਲੇ ਤੇ ਦੋਸਤੋ ਇਸ ਨਾਮ ਤੇ ਬਹੁਤ ਹੀ ਜ਼ਿਆਦਾ ਲਗਭਗ 4-5 ਮਿਲੀਅਨ ਹੈਸ਼ਟੈਗ ਹੋ ਚੁੱਕੇ ਹਨ ਪੱਕੇ ਹੀ ਦੋਸਤੋ ਬਹੁਤ ਵੱਡੀ ਗੱਲ ਹੈ ਤੇ ਦੋਸਤੋ ਜਦੋਂ ਸਿੱਧੂ ਦੇ ਖੰਨ ਔਜਲਾ ਦੋਨਾਂ ਦੇ ਗਾਣੇ ਆਏ ਤਾਂ ਦੋਨਾਂ ਦੇ ਹੀ ਦੋਸਤਾਂ ਮਿੱਤਰਾਂ ਨੇ ਕੁਝ ਅਜਹੀਆਂ ਵੀ ਪੋਸਟਾਂ ਪਾਈਆਂ ਜਿਨ੍ਹਾਂ ਨੂੰ ਕੀ ਫਿਰ ਇੱਕ ਦੂਜੇ ਨਾਲ ਜੋੜ ਕੇ ਵੀ ਦਿਖਾ ਦਿੱਤਾ ਗਿਆ ਕਿ ਇਹ ਤਾਂ ਦਰਸਲ ਇੱਕ ਦੂਜੇ ਨੂੰ ਹੀ ਟਾਰਗੇਟ ਕਰ ਰਹੇ ਹਨ ਦੋਸਤੋ ਤੁਸੀਂ ਖੁਦ ਹੀ ਪੋਸਟਾਂ ਇਹ ਦੇਖ ਸਕਦੇ ਹੋ ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਹੁਮਾਂਸ਼ੀਖ ਖਾਨ ਨਦੀ ਦਾ ਜਿਸ ਨੂੰ ਕੀ ਹਾਲ ਹੀ ਇੰਸਟਾਗ੍ਰam ਕਯ ਕਿ ਦੋਸਤੋ ਸੀ ਬਿਊਟੀ ਮੇਕਅਪ ਇਹਨਾਂ ਦਾ ਜ਼ਿਕਰ ਨਹੀਂ ਕਰਾਂਗੇ ਸਿਰਫ ਦੋ ਬੜੇ ਹੀ ਅਹਿਮ ਸਵਾਲ ਸਨ ਇੱਕ ਸੀ ਦੋਸਤੋ ਨਿਮਰਤ ਖਹਿਰਾ ਜੀ ਬਾਰੇ ਤੇ ਦੂਸਰਾ ਸਵਾਲ ਸੀ ਸਿੱਧੂ ਦੇ ਕਰਨ ਔਜਲਾ ਬਾਰੇ ਨਿਮਰਤ ਖਹਿਰਾ ਜੀ ਬਾਰੇ ਦੋਸਤੋ ਉਸ ਨੂੰ ਜਦੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਮੋਸਟ ਡੀਸੈਂਟ ਸਿੰਪਲ ਰਿਸਪੈਕਟਡ ਆਰਟਿਸਟ ਤੇ ਦੋਸਤੋ ਜਦੋਂ ਸਿੱਧੂ ਦੇ ਕਰਨ ਔਜਲਾ ਬਾਰੇ ਪੁੱਛਿਆ ਗਿਆ ਤਾਂ ਹਿਮਾਂਸ਼ੀ ਖੁਰਾਨਾ ਨੇ ਕਿਹਾ ਇਸ ਚੀਜ਼ ਨੂੰ ਹਵਾ ਨਾ ਦਿਓ ਦੋਨੋਂ ਲੁਕਸ ਸਿੰਗਿੰਗ ਔਰ ਸਟਾਈਲ ਚ ਡਿਫਰੈਂਟ ਨੇ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਦੇ ਤੌਰ ਤੇ ਲਵੋ ਦੋਨਾਂ ਨੂੰ ਸੁਣੋ ਇੱਥੇ ਦੋਸਤੋ ਹਿਮਾਂਸ਼ੀ ਖੁਰਾਨਾ ਨੇ ਚਲੋ ਸਿਆਣੀ ਗੱਲ ਹੀ ਕੀਤੀ ਮਤਲਬ ਉਹ ਦੋਨਾਂ ਦੇ ਹੀ ਗਾਣੇ ਸੁਣਦੀ ਹੈ ਤੇ ਦੋਸਤੋ ਇਸ ਤੋਂ ਇਲਾਵਾ ਬਿੰਨੀ ਢਿੱਲੋ ਉਹ ਵੀ ਸਿੱਧੂ ਮੂਸੇਵਾਲਾ ਦਾ ਮਾਲਬਾ ਬਲੌਕ ਗਾਣਾ ਸੁਣਦਾ ਦਿਖਾਈ ਦਿੱਤਾ ਤੇ ਇਸ ਤੋਂ ਇਲਾਵਾ ਉਸਨੇ ਆਪਣੀਆਂ ਹੀ ਕੁ ਜੋ ਦੋਸਤੋ ਗਾਣੇ ਦੇ ਸ਼ਬਦਾਂ ਤੇ ਹੀ ਬੈਠਦੀਆਂ ਹਨ ਉਹਨਾਂ ਨੂੰ ਪੋਸਟ ਵੀ ਕੀਤਾ ਗਿੱਪੀ ਗਰਵਾਲ ਦੋਸਤ ਨਾਲ ਦਿਖਾਈ ਦੇ ਰਿਹਾ ਹੈ ਗਿੱਪੀ ਗਰਵਾਲ ਨੇ ਵੀ ਇਸ ਪੋਸਟ ਨੂੰ ਸ਼ੇਅਰ ਕੀਤਾ ਮਤਲਬ ਬਿੰਨੀ ਟਿਲੋ ਵੀ ਇੱਕ ਪੰਜਾਬੀ ਆਰਟਿਸਟ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦਾ ਹੈ ਤੇ ਦੋਸਤੋ ਇੱਥੇ ਹੁਣ ਅਸੀਂ ਸੋਕਾ ਸੰਘੇੜਾ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਜਿਸ ਨੇ ਇੱਕ ਪੋਸਟ ਪਾਈ ਹੈ ਸਰਕਸ ਦੇ ਸ਼ੇਰ ਤੇ ਜੰਗਲ ਦੇ ਸ਼ੇਰ 'ਚ ਬੜਾ ਫਰਕ ਹੁੰਦਾ ਏ ਸੋ ਦੋਸਤੋ ਬਹੁਤ ਸਾਰੇ ਪੀਜਾਂ ਵਾਲਿਆਂ ਨੇ ਜੋ ਸਿੱਧੂ ਦੇ ਕਾਰਨ ਔਜਲੇ ਦਾ ਗਾਣਾ ਆਇਆ ਹੈ ਫਿਰ ਇਸ ਨਾਲ ਜੋੜ ਕੇ ਦਿਖਾ ਦਿੱਤਾ ਤੇ ਦੋਸਤੋ ਤੁਸੀਂ ਹੀ ਵੜਦਾ ਜ਼ਿਕਰ रह गया ਸੀ ਕੱਲ ਦੋਸਤੋ ਸਿੱਧੂ ਨੇ ਜਦੋਂ ਗਾਣਾ ਆਉਣਾ ਸੀ ਉਸ ਤੋਂ ਪਹਿਲਾਂ ਇੱਕ ਇਹ ਬਿਆਨ ਦਿੱਤਾ ਸੀ ਕਿ ਇਹ ਗਾਣਾ ਸੱਪਾਂ ਲਈ ਤਾਂ ਦੋਸਤੋ ਉਸ ਤੋਂ ਕੁਝ ਕਾਂਟਿਆਂ ਬਾਅਦ ਹੀ ਬਿਗਵੜ ਨੇ ਇਹ ਪੋਸਟ ਪਾਈ ਸੀ ਬੱਚੋ ਸਭ ਬੱਚੋ ਸੱਪ ਵਾਲੀ ਪੋਸਟ ਹੈਸ਼ਟੈਗ ਕਰਕੇ ਕਹਨ ਔਜਲਾ ਦੇ ਵੀ ਦੋਸਤੋ ਇਹ ਗਾਣੇ ਸ਼ੇਅਰ ਕਰ ਰਿਹਾ ਹੈ ਸਿੱਧੂ ਦੀਆਂ ਪੋਸਟਾਂ ਵੀ ਚੈੱਕ ਕਰਦਾ ਹੈ ਉਹਨਾਂ ਦੇ ਰਿਪਲਾਈ ਦਿੰਦਾ ਹੈ ਚਲੋ ਜੋ ਵੀ ਹੈ ਦੋਸਤੋ ਸਿੱਧੂ ਬਿਗਵੜ ਇੱਕ ਵਧੀਆ ਟੀਮ ਸੀ ਅਸੀਂ ਇਹ ਗੱਲ ਤਾਂ ਵਕਈ ਹੀ ਮੰਨਦੇ ਹਾਂ ਪਰ ਹੁਣ ਕਦੇ ਇਕੱਠੇ ਨਹੀਂ ਹੋ ਸਕਦੇ ਇਸ ਗੱਲ ਬੀ ਵੀ ਦੋਸਤੋ ਸੱਚਾਈ ਹੈ ਤੇ ਦੋਸਤੋ ਮਾਹੀ ਸ਼ਰ ਗਾਣਾ ਸੁਣਦੀ ਵੀ ਦਿਖਾਈ ਦਿੱਤੀ ਤੇ ਇਸ ਤੋਂ ਇਲਾਵਾ ਉਸਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ ਦੋਸਤੋ ਤੁਸੀਂ ਇਸ ਦੇ ਕਮੈਂਟ ਦੇਖੋ ਡੇਰ ਦਿੱਤਾ ਹੈ ਉਹਨਾਂ ਨੇ ਮਾਹੀ ਸ਼ਰਮਾ ਨੂੰ ਪ੍ਰਪੋਸ ਸਿੱਧੂ ਸੋ ਦੋਸਤੋ ਇਸ ਪੋਸਟ ਤੋਂ ਜ਼ਿਆਦਾ ਚਰਚਾ ਤਾਂ ਇਸ ਕਮੈਂਟ ਦੀ ਹੋ ਰਹੀ ਹੈ ਬਾਕੀ ਸਿੱਧੂ ਦੇ ਫੈਨ ਵੇਰ ਕਦੇ ਸੂਨਮ ਜੀ ਕਦੇ ਪ੍ਰੀਤ ਔਜਲਾ ਦੀ ਕਦੇ ਸਟੈਫ ਲੰਡਨ ਕਦੇ ਮਾਹੀ ਸ਼ਰਮਾ ਇਹਨਾਂ ਨਾਲ ਦੋਸਤੋ ਪੋਸਟਾਂ ਜੋੜ ਕੇ ਦਿਖਾਈ ਹੀ ਦਿੰਦੇ ਹਨ ਤੇ ਦੋਸਤੋ ਇਸ ਤੋਂ ਇਲਾਵਾ ਮਾਹੀ ਸ਼ਰਮਾ ਸਿੱਧੂ ਦਾ ਬਲਟ ਡਿਫਰੈਂਟ ਗਾਣਾ ਤੇ ਇੱਕ ਹੋਰ ਗਾਣਾ ਸੁਣਦੀ ਵੀ ਦਿਖਾਈ ਦਿੱਤੀ ਤੇ ਦੋਸਤੋ ਸਿੱਧੂ ਦੇ ਇਸ ਗਾਣੇ ਬਾਰੇ ਇਹ ਵੀ ਕਿਹਾ ਜਾ ਰਿ ਸੀ ਕਿ ਆਰਐਨਏ ਦੀ ਉਸਨੇ سپورਟ ਕੀਤੀ ਹੈ ਹੋਮਲੈਂਡ ਵਾਲੀ ਗੱਲ ਵੀ ਦੋਸਤੋ ਕਹੀ ਸੀ ਜੈਸਨੂ ਕੀ ਬਹੁਤ ਸਾਰੇ ਆਰਟਿਸਟਾਂ ਨਾਲ ਜੋੜ ਕੇ ਦਿਖਾ ਦਿੱਤਾ ਗਿਆ ਪਰ ਦੋਸਤੋ ਸਾਰਿਆਂ ਦਾ ਜ਼ਿਕਰ ਨਹੀਂ ਸੀ ਕੀਤਾ ਕੁਝ ਕੁ ਆਰਟਿਸਟ ਹੀ ਕਏ ਸਨ ਜਿਨ੍ਹਾਂ ਨਾਲ ਕੀ ਸਿੱਧੂ ਦੀ ਲਗੜਾਟ ਹੈ ਤੇ ਦੋਸਤੋ ਦਲਜੀਤ ਦਸਾਨੀ ਵੀ ਟ੍ਰੈਂਡਿੰਗ ਲਿਸਟਾਂ ਵਿੱਚ ਚੱਲ ਰਿਹਾ ਹੈ ਐਲਬਮਸ ਨੂੰ ਲੈ ਕੇ ਉਸ ਦੀਆਂ ਸ਼ੂਟਿੰਗਾਂ ਚੱਲ ਰਹੀਆਂ ਹਨ ਬਾਨੀ ਸੰਧੂ ਹਾਲ ਹੀ ਹੀ ਦੋਸਤੋ ਦਲਜੀਤ ਦਸਾਨੀ ਦਾ ਗਾਣਾ ਵੀ ਸੁਣ ਰਹੀ ਸੀ ਤੇ ਇਸੇ ਮਹੀਨੇ ਹੀ ਦੋਸਤੋ ਐਲਬਮ ਆ ਜਾਣੀ ਹੈ ਕੁਝ ਕੁ ਦਿਨਾਂ ਤੱਕ ਲਗਭਗ ਅਗਲੇ ਹਫ਼ਤੇ ਤੋਂ ਪਹਿਲਾਂ ਪਹਿਲਾਂ ਉਹ ਆਪਣੀ ਐਲਬਮ ਦੀ ਓਫੀਸ਼ੀਅਲ ਸ਼ੈਲ ਡੇਟ ਅਨਾਉਂਸਮੈਂਟ ਕਰਨ ਹੀ ਵਾਲਾ ਹੈ ਤੇ ਦੇਖਦੇ ਆਂ ਫਿਰ ਦੋਸਤੋ ਕੀ ਬਣਦਾ ਜੁੜਦਾ ਤੇ ਦੋਸਤੋ ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰam ਅਕਾਊਂਟ ਤੇ ਪੇਸ ਕਰ ਸਕਦੇ ਹੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ